ਭਾਵੇਂ ਸਾਡੇ ਦੇਸ਼ ਵਿਚ ਰੇਤਾ ਦੀ ਨਾਜਾਇਜ਼ ਨਿਕਾਸੀ ਨੂੰ ਰੋਕਣ ਵਾਸਤੇ ਕਾਨੂੰਨ ਬਣਾਇਆ ਗਿਆ ਹੈ, ਲੇਕਿਨ ਰਸੂਖਦਾਰ ਅਤੇ ਸਫੈਦ ਪੋਸ਼ ਲੋਕਾਂ ਦੀ ਸ਼ਹਿ ਤੇ ਕੁਝ ਰੇਤ ਮਾਫੀਆ ਬੜੀ ਸਰਗਰਮੀ ਨਾਲ ਬਗੈਰ ਕਿਸੇ ਖੌਫ ਤੋਂ ਰੇਤਾ ਦੀ ਨਾਜਾਇਜ਼ ਨਿਕਾਸੀ ਦਾ ਕੰਮ ਧੜੱਲੇ ਨਾਲ ਕਰ ਰਹੇ ਨੇ, ਜਿਸ ਦੀ ਤਾਜ਼ਾ ਮਿਸਾਲ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਵੇਖਣ ਨੂੰ ਮਿਲੀ, ਜਿੱਥੇ ਪੁਲਿਸ ਨੇ ਇੱਕ ਵਿਅਕਤੀ ਨੂੰ ਰੇਤਾ ਨਾਲ ਭਰੀਆਂ 2 ਟਰਾਲੀਆਂ ਅਤੇ 1 ਜੇਸੀਬੀ ਸਮੇਤ ਕਾਬੂ ਕੀਤਾ, ਜਦਕਿ 3 ਦੋਸ਼ੀ ਭੱਜਣ 'ਚ ਸਫਲ ਹੋ ਗਏ। ਇਹ ਵਾਕਿਆ ਹੈਗਾ ਜੀ ਬਾਦਰਗਾਹ ਸ਼ਾਦੀਨ ਵਾਲੇ ਦਾ, ਜਿੱਥੋਂ ਦਾ ਇੱਕ ਜ਼ਿਮੀਂਦਾਰ ਹੈਗਾ ਆਤਮਾ ਸਿੰਘ ਉਰਫ ਆਤਮਾ, ਅਤੇ ਜਿਹਨੇ ਆਪਣੀ ਜ਼ਮੀਨ ਵਿੱਚ ਇੱਕ ਜਸਵਿੰਦਰ ਸਿੰਘ ਭੋਲਾ ਨਾਂ ਦਾ ਵਿਅਕਤੀ ਬਸਤੀ ਖੇਮਗੜ ਦਾ, ਉਹਨਾਂ ਨੇ ਰਲ ਕੇ ਭੋਲਾ ਜਸਵਿੰਦਰ ਸਿੰਘ ਭੋਲੇ ਦੀ JCB ਮਸ਼ੀਨ ਲਾ ਕੇ ਉਹਦੀਆਂ ਟਰੈਕਟਰ ਟਰਾਲੀਆਂ ਲਗਾ ਕੇ ਇਹ ਰਾਤ ਬਰਾਤੇ ਨਜਾਇਜ਼ ਰੇਤਾ ਦੀ ਨਿਕਾਸੀ ਕਰਦੇ ਨੇ, ਸਰਕਾਰ ਨੂੰ ਚੂਨਾ ਲਾਉਂਦੇ ਹੋ, ਜਿਹਦੀ ਅੱਜ ਤਲਾਹ ਮਿਲੀ ਹੈ। ਜਿਹਦੇ ਮੌਕੇ 'ਤੇ ਜਾ ਕੇ ਇੱਕ ਟਰੈਕਟਰ ਟਰਾਲੀ ਸਮੇਤ ਡਰਾਈਵਰ ਸੁਖਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ, ਅਤੇ ਜਿਹੜੇ ਬਾਕੀ JCB ਡਰਾਈਵਰ ਜਸਵਿੰਦਰ ਸਿੰਘ ਭੋਲਾ ਅਤੇ ਇੱਕ ਟਰੈਕਟਰ ਡਰਾਈਵਰ ਜਿਹੜਾ ਮੌਕੇ ਤੋਂ ਫਰਾਰ ਹੋ ਗਏ ਆ, ਜ਼ਮੀਨ ਮਾਲਕ ਵੀ ਨਹੀਂ ਮਿਲਿਆ, ਅਤੇ ਇਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ। ਜਿਸ ਸੰਬੰਧੀ ਮੁਕਦਮਾ ਦਰਜ ਕੀਤਾ ਗਿਆ, JCB 2 ਟਰੈਕਟਰ ਟਰਾਲੀਆਂ ਕਬਜ਼ਾ ਪੁਲਿਸ 'ਚ ਲਈਆਂ ਗਈਆਂ। ਉਧਰ ਦੂਜੇ ਪਾਸੇ ਫੜੇ ਗਏ ਦੋਸ਼ੀ ਸੁਖਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਇੱਕ ਦਿਹਾੜੀਦਾਰ ਮਜ਼ਦੂਰ ਹੈ, ਜਦਕਿ ਰੇਤਾ ਦੀ ਨਿਕਾਸੀ ਕਰਵਾਉਣ ਵਾਲੇ ਅਸਲ ਮਾਲਕ ਖੇਮਕਰਨ ਦੇ ਰਹਿਣ ਵਾਲੇ ਨੇ। ਮੈਂ ਇੱਕ ਦਿਹਾੜੀਦਾਰ ਬੰਦਾ ਹਾਂ, ਮੇਰਾ ਜੀ ਮਾਲਕ ਨੇ ਇਹ ਬਸਤੀ ਖੇਮਕਰਨ ਦਾ। ਹਾਂਜੀ, ਤੁਸੀਂ ਕੰਮ ਕਰਦੇ ਹੋ? ਹਾਂਜੀ, ਦਿਹਾੜੀ ਕਰਦੇ। ਕਿੱਥੋਂ ਦੇ ਰਹਿਣ ਵਾਲੇ ਹੋ? ਬਸਤੀ ਖੇਮਕਰਨ। ਫਿਲਹਾਲ ਪੁਲਿਸ ਵੱਲੋਂ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਰੋਜ਼ਪੁਰ ਤੋਂ ਬਿਊਰੋ ਰਿਪੋਰਟ, ਖਬਰ ਹਰਪਲ ਇੰਡੀਆ ਲਈ।